ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ਸਰਕਾਰੀ ਬੱਸਾਂ 'ਚ ਆਧਾਰ ਕਾਰਡ ਅਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ। ਪੰਜਾਬ ਸਰਕਾਰ ਹੁਣ ਕਰਨ ਜਾ ਰਹੀ ਹੈ ਇਹਦੇ ਵਿੱਚ ਬਦਲਾਅ। ਆਓ ਤੁਹਾਨੂੰ ਦੱਸਦੇ ਹਾਂ ਪੂਰੀ ਖਬਰ। ਤਾਂ ਪੰਜਾਬ ਵਿੱਚ ਔਰਤਾਂ ਦੇ ਲਈ ਬੱਸ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਹ ਔਰਤਾਂ ਨੂੰ ਬੱਸ ਯਾਤਰਾ ਮੁਫ਼ਤ ਵਿੱਚ ਕਰਨ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਹੁਣ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਔਰਤਾਂ ਨੂੰ RFID ਮਤਲਬ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਜਾਂ NCMC ਨੈਸ਼ਨਲ ਕਾਮਨ ਮੋਬਾਇਲਿਟੀ ਕਾਰਡ ਦੀ ਸਹੂਲਤ ਪ੍ਰਦਾਨ ਕਰੇਗੀ। ਇਹ ਦੋ ਵੱਖ ਵੱਖ ਕਾਰਡ ਹਨ। ਜਿਵੇਂ ਦੋਸਤੋ, ਮੋਬਾਈਲ ਦੇ ਵਿੱਚ ਆਪਣੇ ਕੋਲ ਸਿਮ ਹੁੰਦੀ ਹੈ, RFID ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਤਾਂ ਉਹ ਵਾਲਾ ਹੋ ਗਿਆ, ਅਤੇ ਨੈਸ਼ਨਲ ਕਾਮਨ ਮੋਬਾਇਲਿਟੀ ਕਾਰਡ ਇਹ ਆਪਣੇ ਕੋਲ ATM ਕਾਰਡ ਦੇ ਵਾਂਗੂ ਹੋਏਗਾ। ਠੀਕ ਹੈ, ਸੂਤਰਾਂ ਮੁਤਾਬਕ ਇਹਨਾਂ ਕਾਰਡਾਂ ਨਾਲ ਔਰਤਾਂ ਦੀ ਸਹੀ ਪਛਾਣ, ਦਸਤਾਵੇਜ਼ ਦੀ ਤਸਦੀਕ ਅਤੇ ਯਾਤਰਾ ਦਾ ਕੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਏਗਾ। ਪੰਜਾਬ ਵਿੱਚ ਹਰ ਮਹੀਨੇ ਕਰੀਬ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਦੀਆਂ ਹਨ। ਪੰਜਾਬ ਵਿੱਚ ਮੁਫ਼ਤ ਬੱਸਾਂ ਦੀ ਸਫ਼ਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2021 ਵਿੱਚ ਸ਼ੁਰੂ ਕੀਤੀ ਗਈ ਸੀ। ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੈ। ਅੰਕੜੇ ਦੱਸਦੇ ਹਨ ਕਿ ਹੁਣ ਤੱਕ 35.53 ਕਰੋੜ ਔਰਤਾਂ ਦੁਆਰਾ 1,680 ਕਰੋੜ ਰੁਪਏ ਦੀ ਮੁਫ਼ਤ ਯਾਤਰਾ ਲੈ ਚੁੱਕੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ RFID ਅਤੇ NCMC ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਏਗੀ। ਇਹਨਾਂ ਕਾਰਡਾਂ ਦੀ ਵਰਤੋਂ ਕਾਰਨ ਮਸ਼ੀਨਾਂ ਦੀ ਲੋੜ ਨਹੀਂ ਪਵੇਗੀ। ਜਿਸ ਤਰ੍ਹਾਂ ਬੱਸਾਂ ਦੀਆਂ ਟਿਕਟਾਂ ਲਈ ਮਸ਼ੀਨਾਂ ਹਨ, ਉਸੇ ਤਰ੍ਹਾਂ ਇਹਨਾਂ ਕਾਰਡਾਂ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ। ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ, ਕਿਹੜਾ ਵਿਭਾਗ ਇਹਨਾਂ ਨੂੰ ਖਰੀਦੇਗਾ, ਇਹਦੇ ਲਈ ਵੱਖਰਾ ਬਜਟ ਹੋਵੇਗਾ। ਸੋ 12 ਨਵੰਬਰ 1999 ਪੰਜਾਬ ਸਰਕਾਰ ਨੇ ਸੂਬੇ ਦੇ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ 50% ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ। ਪਰ 2021 ਵਿੱਚ ਇਸ ਯੋਜਨਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਅਤੇ ਹੁਣ ਔਰਤਾਂ ਪੰਜਾਬ ਦੇ ਵਿੱਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਸੋ ਦੋਸਤੋ, ਇਹ ਸਕੀਮ ਹੈ ਜਿਹੜੀ, ਇਹ AC ਵਾਲੀਆਂ ਬੱਸਾਂ, ਵੋਲਵੋ ਬੱਸਾਂ, HV AC ਬੱਸਾਂ 'ਤੇ ਲਾਗੂ ਨਹੀਂ ਹੈ, ਸਿਰਫ ਪੰਜਾਬ ਰੋਡਵੇਜ਼ 'ਤੇ ਲਾਗੂ ਹੈ। ਸੋ ਹੁਣ ਇਹ ਜਿਹੜਾ ਇਹ ਬਦਲਾਅ ਹਜੇ ਸਿਰਫ ਸੋਚਿਆ ਗਿਆ, ਇਹਦੇ ਬਾਰੇ ਹਜੇ ਕੀਤਾ ਨਹੀਂ ਹੈ। ਅੱਗੇ ਦੇਖਦੇ ਹਾਂ ਕੀ ਹੋਏਗਾ ਅਤੇ ਜਿਵੇਂ ਵੀ ਕੋਈ ਅਪਡੇਟ ਮਿਲੇਗੀ ਤੁਹਾਨੂੰ ਵੀ ਦੱਸ ਦਿੱਤਾ ਜਾਏਗਾ। ਅਤੇ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ, ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਇਹ ਜ਼ਰੂਰ ਦੱਸਣਾ।